सड़कां ते पुलिस मुलाजम नूं भजाउण वाला चढ़िया पुलिस हत्थे। पुलिस तो बचदे समय ई रिक्शा चालक ने कीते सन 4 एक्सीडेंट। गिरफ्तारी तो बाद ई रिक्शा चालक ने मंगी पुलिस तो माफी। अमृतसर दियां सड़कां ते धूम मचाउण वाला ई रिक्शा चालक दी पिछले दिनी एक वीडियो खूब वायरल हुई सी, जिसने करीबन 5 किलोमीटर तक एक पुलिस मुलाजम नूं सड़कां ते भजाया सी, जो उस समय तां पुलिस हथों निकल गया, पर हुण पुलिस ने उक्त ई रिक्शा चालक काबू कर लिया है। इस मौके पुलिस अधिकारी ने दस्या कि उक्त ड्राइवर खिलाफ मामला दर्ज कर अगलेरी कार्रवाई शुरू कर दी गई है। ये जी 31 की गल है कि करीब 5 बजे नाल ASI जसकरण सिंह ट्रैफिक दफ्तर वालों तैनात सीगा, तो दौराने चैकिंग वो एक मुंडा आया करमवीर सिंह ई रिक्शे दे, उन्हें एक मोटरसाइकिल दे चालक नूं साइड मारन करके वह डिग पिया, उत्थे डिगन करके वह सट लगी, तो इन्हें अपना मोटरसाइकिल लैके पिछे लगन तो बाद खालसा कॉलेज लागे जाके अपना एक ई रिक्शा छड के चालक से भज गया मौके तो जी, तो उन्हें अपना ई रिक्शा लिया के अपने दफ्तर च खिलार दिता। अज उन्हें समेत अपना ई रिक्शा दोषी नूं लिया के साडे पेश कीता, तो जो बनदी कानूनी कार्रवाई कर रहे उहदे खिलाफ। हांजी उस टाइम दादा नशा कीता है। उत्थे ई रिक्शा चालक ने अपनी गलती लई माफी मंगी है। ਹਾਂਜੀ ਸਰ, ਮੇਰਾ ਨਾਮ ਕਰਨ ਸਰ, ਮੈਂ ਪੜ੍ਹਿਆ ਲਿਖਿਆ ਗ੍ਰੈਜੂਏਟ ਬੱਚਾ, DAV ਕਾਲਜ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਸਰ। ਸਰ ਮੇਰੇ ਕੋਲ ਨੌਕਰੀ ਨਾ ਹੋਣ ਕਰਕੇ ਮੈਂ ਈ ਰਿਕਸ਼ਾ ਜ਼ਰੂਰ ਚਲਾਉਂਦਾ ਵਾਂ, ਮਿਹਨਤ ਕਰਦਾ, ਆਪਣੀ ਕੋਈ ਗਲਤ ਕੰਮ ਨਹੀਂ ਕਰਦਾ। ਹਾਂ, ਮੈਂ ਉਸ ਦਿਨ ਸ਼ਾਮ ਦਾ ਟਾਈਮ ਸੀਗਾ, ਮੇਰੀ ਆਦਤ ਹੈਗੀ ਥੋੜ੍ਹੀ ਜਿਹੀ, ਸਾਲ ਕੁ ਹੋ ਗਿਆ ਮੈਂ ਥੋੜ੍ਹਾ ਜਿਹਾ ਪੈਗ ਲਾ ਲੈਂਦਾ ਵਾਂ, ਮੈਂ ਸਿਰਫ ਪੈਗ ਲਾਇਆ ਸੀਗਾ, ਜ਼ਰੂਰ ਮੈਂ ਆਪਣੀ ਸਾਰੀ ਗਲਤੀ ਮੰਨਦਾ, ਬਾਕੀ ਮੈਂ ਕਿਸੇ ਨਾਲ ਕੋਈ ਮਾੜਾ ਨਹੀਂ ਕੀਤਾ। ਉੱਥੋਂ ਮੈਂ ਸਿਰਫ, ਮੈਨੂੰ ਨਹੀਂ ਕੁਛ, ਚਲੋ ਮੇਰਾ ਹੋਸ਼ ਨਹੀਂ ਰਿਹਾ, ਕਿਤਨਾ ਮੈਂ ਗਲਤੀ ਨਾਲ ਸਿਰਫ ਉੱਥੋਂ ਚਲੇਗਾ, ਮੇਰੇ ਕੋਲ ਜ਼ਰੂਰ ਗਲਤੀ ਹੋ ਗਈ ਹੈ, ਮੈਂ ਕੋਈ ਗਲਤ ਇਨਸਾਨ ਨਹੀਂ ਹੈਗਾ। ਮੇਰੀ ਮੰਮੀ ਵੀ ਆ ਗਏ, ਮੈਂ ਆਪਣੀ ਮਾਂ ਦਾ ਇਕੱਲਾ ਕਿਸਾਨ, ਪਿਤਾ ਮੇਰੇ ਵੀ ਦਿਹਾੜੀ ਦੱਪਾ ਕਰਦੇ ਆ, ਉਹ ਫੈਕਟਰੀ ਦੇ ਵਿੱਚ ਲੱਗੇ ਹੋਏ, ਤਾਂ ਸੈਲਰੀ ਦੇ ਗਲਤੀ ਕੀਤੀ, ਕਿਹੜੇ ਲੋਕਾਂ ਦੀ ਤੁਸੀਂ ਜਾਨ ਨੂੰ ਖਤਰੇ 'ਚ ਪਾਇਆ? ਸਰ ਮੈਂ ਆਪਣੀ ਉਹ ਗਲਤੀ ਮੰਨਦਾ, ਇੱਕ ਮਿੰਟ, ਮੈਂ ਸਿਰਫ ਇਸ ਕਰਕੇ ਸਿਰਫ ਆਟੋ ਭਜਾਇਆ ਕਿ ਜਿਸ ਵੇਲੇ ਮੇਰੇ ਮਗਰ ਮੁਲਾਜ਼ਮਾਂ ਨੇ ਮੈਨੂੰ ਆਵਾਜ਼ ਦਿੱਤੀ, ਮੈਂ ਮੁਲਾਜ਼ਮਾਂ ਤੋਂ ਵੀ ਡਰ ਕੇ ਇਸੇ ਕਰਕੇ ਆਟੋ ਭਜਾਇਆ ਕਿ ਮੈਂ ਭੱਜ ਜਾਣਾ, ਮੈਂ ਖੜ ਜਾਂਦਾ ਤਾਂ ਮੈਂ ਸ਼ਾਇਦ ਮੈਂ ਨਾ ਇਹ ਗੱਲ ਹੁੰਦੀ। ਸਿਰਫ ਇਹ ਗੱਲ ਹੋਈ ਜਦੋਂ ਉਸ ਟਾਈਮ 'ਤੇ ਲੋਕ ਵੀ ਮੇਰੇ ਵੱਲ ਭੱਜ ਲੱਗ ਪਏ ਸਾਰੇ, ਮੈਂ ਡਰਦਾ ਮਾਰਾ ਰੁਕਿਆ ਹੀ ਨਹੀਂ, ਮੈਂ ਇਸ ਕਰਕੇ ਭੱਜ ਗਿਆ ਕਿ ਮੈਂ ਕਿਤੇ ਰੁਕ ਜਾਵਾਂ ਤਾਂ ਮੈਨੂੰ ਹੋਰ ਨਾ ਮਾਰਨ ਕੁੱਟਣ। ਇੱਦਾਂ ਦੀਆਂ ਹੋਰ ਖਬਰਾਂ ਲਈ ਬਣੇ ਰਹੋ ਸਾਂਝ TV ਦੇ ਨਾਲ।